किसानों वालों पहला तीन बिल रद्द कराने वास्ते दिल्ली दिया बहूरा दे उत्ते करीब 380 दिन धरना प्रदर्शन किया गया, आखिर बिल रद्द होए। हुण किसानों वालों पंजाब सरकार के खिलाफ जिहड़ा गा धरना प्रदर्शन कर दिता है, जिथे अज मैं तुहानूं तस्वीरां दिखा रहा मोगा दे रेलवे स्टेशन दीआं, जिथे कि किसान मजदूर संघर्ष यूनियन दे जिहड़े मैंबर हैगे ने इह धरना प्रदर्शन कर रहे हैं, क्योंकि इन्हां दीआं मंगां जिहड़ियां लंबे समय दीआं मंगां सी, जिन्हां दे विचों करजे की माफ़ी सब तो वड्डी गल, करजे की माफ़ी, दूजा पंज पंज मरले के प्लाट, तीजा जिहड़ा गा नरमे का जिहड़ा गा नुकसान होया सीगा उहदा मुआवजा, नाल दी नाल गन्ने दे कीमत नूं लै के जिहड़ी सरकार ने गल कीती, काफ़ी सारियां मंगां हैगियां और किसानां वल्लों लगातार पंजाब सरकार नूं अपील की गई सी कि उहनां दीआं मंगां जिहड़ियां मन्नियां जाण, लेकिन हाल तक पंजाब सरकार वल्लों कोई भी इहनां नूं सुनेहा नहीं आया गया। हुण जिहड़ा हैगा किसान मजदूर यूनियन वल्लों जिहड़ा हैगा पंजाब भर दे जिहड़े हैगे ने रेलवे ट्रैक दे उप्पर जिहड़ा हैगा धरना दित्ता, तस्वीरां दिखा रहा तुहानूं मैं मोगा लुधियाणा रेलवे ट्रैक दियां, जिथे कि इस वेले किसान अपना धरना प्रदर्शन कर रहे हैं और अज मोगा दे विच पंजाब दे सूबा प्रधान जिहड़े हैगे ने सतनाम सिंह पन्नू ਉਹ ਸਾਡੇ ਨਾਲ ਫੈਕਟ ਨਿਊਜ਼ ਦੇ ਉੱਪਰ ਹੈਗੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਪੰਨੂ ਸਾਹਿਬ ਤੁਹਾਡਾ ਤਾਂ ਪਹਿਲਾਂ ਫੈਕਟ ਨਿਊਜ਼ ਦੇ ਉੱਪਰ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ। ਪੰਨੂ ਸਾਹਿਬ, ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ, ਪਹਿਲਾਂ ਆਪਾਂ ਤਿੰਨ ਬਿੱਲਾਂ ਨੂੰ ਲੈ ਕੇ ਜਿਹੜਾ ਹੈਗਾ 380 ਦਿਨ ਦਿੱਲੀ ਦੀਆਂ ਬਹੂਰਾਂ 'ਤੇ ਧਰਨਾ ਦਿੱਤਾ, ਹੁਣ ਪੰਜਾਬ ਸਰਕਾਰ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰ ਰਿਹਾ। ਹਾਂ, ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਜੋ ਸਾਲ ਭਰ ਤੋਂ ਵੱਧ ਆ ਉੱਥੇ ਮੋਰਚਾ ਚੱਲਿਆ, ਉਹ ਮੋਰਚਾ ਸਾਰੇ ਦੇਸ਼ ਦਿਆਂ ਲੋਕਾਂ ਨੇ ਪੰਜਾਬ ਦਿਆਂ ਲੋਕਾਂ ਨੇ ਲੜਿਆ, ਬਹੁਤ ਵੱਡਾ ਸਮਰਥਨ ਮਿਲਿਆ ਦੇਸ਼ ਵਿੱਚੋਂ, ਬਾਹਰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਵੱਡਾ ਸਮਰਥਨ ਮਿਲਿਆ ਔਰ ਤਿੰਨੇ ਖੇਤੀ ਕਾਨੂੰਨ ਜਿਹੜੀ ਕੇਂਦਰ ਦੀ ਸਰਕਾਰ ਆ ਮੋਦੀ ਸਾਹਿਬ ਦੀ ਉਹਨਾਂ ਨੂੰ ਰੱਦ ਕਰਨੇ ਪਏ। ਉਹ ਉੱਥੋਂ ਅਸੀਂ ਆਣ ਕੇ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ 2017 ਦੇ ਵਿੱਚ, ਜਿਹੜੇ ਕਰਜ਼ਾ ਮੁਕਤ ਕਿਹਾ ਸੀ ਇਹਨਾਂ ਨੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਅਸੀਂ ਸਾਰਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰ ਦਿਆਂਗੇ, ਅਸੀਂ ਘਰ ਘਰ ਨੌਕਰੀ ਦੇ ਦਿਆਂਗੇ, ਅਸੀਂ ਮਾਫੀਆ ਰਾਜ ਖਤਮ ਕਰ ਦਿਆਂਗੇ, ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ, ਅਸੀਂ 5 ਮਰਲ ਦੇ ਪਲਾਟ ਦੇ ਦਿਆਂਗੇ, ਅਸੀਂ ਗੰਨੇ ਦਾ 360 ਰੁਪਏ ਰੇਟ ਦੇ ਦਿਆਂਗੇ, ਅਸੀਂ ਜਿਹੜਾ ਗੰਨੇ ਦਾ ਬਕਾਇਆ ਦੇ ਦਿਆਂਗੇ। ਬੜੇ ਚੋਣ ਵਾਅਦੇ ਇਹਨਾਂ ਨੇ ਸਾਡੇ ਨਾਲ ਕੀਤੇ, ਉਹ ਚੋਣ ਵਾਅਦਿਆਂ ਤੋਂ ਮੁੱਕਰ ਗਏ ਸਾਰੇ। ਅੱਜ ਉਹਨਾਂ ਹੀ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਜਿਹੜੇ ਇਹਨਾਂ ਨੇ ਆਪ ਕਹਿਆ, ਜਿਹੜੇ ਇਹਨਾਂ ਦੇ ਮੈਨੀਫੈਸਟੋ 'ਚ ਡਾਕਟਰ ਮਨਮੋਹਨ ਸਿੰਘ ਨੇ ਉਹ ਮੈਨੀਫੈਸਟੋ ਤਿਆਰ ਕੀਤਾ ਸੀ, ਉਸ ਮੈਨੀਫੈਸਟੋ ਦੇ ਵਿੱਚ ਉਹ ਸਾਰਾ ਕੁਝ ਦਰਜ ਆ, ਅਤੇ ਉਹਦੇ ਲਈ ਅਸੀਂ ਬੈਠੇ ਹੋਏ ਹਾਂ। ਅੱਜ 7 ਰੇਲ ਮਾਰਗਾਂ 'ਤੇ ਸਾਡੇ ਪੰਜਾਬ ਦੇ ਵਿੱਚ 7 ਜ਼ਿਲ੍ਹਿਆਂ ਦੇ ਵਿੱਚ ਧਰਨੇ ਚੱਲ ਰਹੇ ਆ, ਅਤੇ ਇੱਥੇ ਅਸੀਂ ਮੋਗੇ ਬੈਠੇ ਹੋਏ ਹਾਂ, ਅਤੇ ਇਸ ਤੋਂ ਇਲਾਵਾ ਮੋਗੇ ਤੋਂ ਇਲਾਵਾ ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜਲੰਧਰ ਦੇ ਵਿੱਚ ਜਿਹੜੇ ਧਰਨੇ ਆ, ਉਹ ਚੜ੍ਹਦੀ ਕਲਾ ਨਾਲ ਅੱਤ ਦੀ ਠੰਡ ਆ, ਮੀਂਹ ਪੈ ਰਿਹਾ ਵਾ, ਬਰਸਾਤ ਦੇ ਦਿਨ ਆ, ਅਤੇ ਫਿਰ ਵੀ ਜਿਹੜੇ ਲੋਕ ਆ ਚੰਨੀ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ਼ ਡਟੇ ਹੋਏ ਆ। ਪੰਨੂ ਸਾਹਿਬ, ਕੈਪਟਨ ਸਾਹਿਬ ਕਹਿੰਦਾ ਸੀ ਕਿ ਸਾਰਿਆਂ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ, ਲਕੀਰ ਫੇਰਤੀ, ਲਾਲ ਲਕੀਰ ਫੇਰ ਦਿੱਤੀ ਹੈ। ਹਾਂ, ਜੋ ਕੈਪਟਨ ਸਾਹਿਬ ਝੂਠ ਮਾਰਦੇ ਸੀ ਅੱਜ ਚੰਨੀ ਸਾਹਿਬ ਮਾਰ ਰਹੇ ਆ, 4410 ਕਰੋੜ ਦਾ ਕਰਜ਼ਾ, ਸਿਰਫ ਜਿਹੜੇ 2-2.5 ਕਿੱਲੇ ਤੋਂ ਘੱਟ ਵਾਲੇ ਕਿਸਾਨ ਸੀਗੇ 2 ਲੱਖ ਦਾ ਕਰਜ਼ਾ ਉਹਨਾਂ ਦਾ, ਜੇ 2 ਲੱਖ ਤੱਕ ਆ ਤਾਂ ਫਿਰ ਉਹ ਥੋੜ੍ਹਾ ਥੋੜ੍ਹਾ ਕਰਜ਼ਾ ਉਹ ਲੋਕਾਂ ਦਾ ਖਤਮ ਹੋਇਆ ਵਾ, ਮਾਫ਼ ਕੀਤਾ ਵਾ, ਸਿਰਫ 4410 ਕਰੋੜ, 90,000 ਕਰੋੜ ਦਾ ਕਿਸਾਨਾਂ ਸਿਰ ਕਰਜ਼ਾ ਸੀ 2017 'ਚ, ਅੱਜ ਉਹ ਕਰਜ਼ਾ 1,40,000 ਕਰੋੜ ਦੇ ਲਾਗੇ ਪਹੁੰਚ ਚੁੱਕਾ, 16,000 ਕਰੋੜ ਰੁਪਈਆ ਉਹਦੇ 'ਚ ਵਿਆਜ ਜੁੜ ਚੁੱਕਾ। ਇਸ ਲਈ ਜਿਹੜਾ ਦਾੜ੍ਹੀ ਨਾਲੋਂ ਮੁੱਛਾਂ ਕਿਤੇ ਵੱਧ ਚੁੱਕੀਆਂ ਵਾ, ਇਹ ਜੋ ਵਾਅਦੇ ਕੀਤੇ ਉਹਦੇ 'ਚ ਕੋਈ ਵਫਾ ਨਹੀਂ, ਕੋਈ ਉਹਦੇ 'ਚ ਸੱਚਾਈ ਨਹੀਂ, ਕੋਈ ਕਿਸੇ ਕਿਸਮ ਦੀ ਦਲੀਲ ਨਹੀਂ ਗੀ, ਇਹ ਬੇਦਲੀਲੇ ਆ, ਬੇਦਲੀਲੀਆਂ ਗੱਲਾਂ ਕਰਦੇ, ਇਹਨਾਂ ਨੂੰ ਵੋਟਾਂ ਚਾਹੀਦੀਆਂ, ਵੋਟਾਂ ਲੈਣ ਵਾਸਤੇ ਇਹਨਾਂ ਨੇ ਸਾਰਾ ਉਹ ਪ੍ਰਪੰਚ ਰਚਿਆ ਵੋਟਾਂ ਲੈ ਕੇ, ਅਤੇ ਉਹਨਾਂ ਵਾਅਦੇ ਤੋਂ ਮੁੱਕਰ ਗਏ। ਅੱਜ ਚੰਨੀ ਸਾਹਿਬ ਜਿਹੜੇ ਆ 1200 ਕਰੋੜ ਦੀ ਗੱਲ ਕਰ ਰਹੇ ਆ, ਜੋ 1200 ਕਰੋੜ ਉਹ ਵੀ ਮੈਨੂੰ ਪਤਾ ਖੂਹ ਖਾਤੇ ਪੈ ਜਾਣਾ, ਕਿਉਂਕਿ ਅੱਜ ਚੋਣਾਂ ਆ ਗਈਆਂ, ਚੋਣ ਜਾਬਤਾ ਲੱਗ ਗਿਆ ਜਾਂ ਕੁਛ ਹੋ ਗਿਆ, ਉਹ ਵੀ ਜੇ 1200 ਕਰੋੜ ਦੇ ਵੀ ਦੇਣ ਤਾਂ ਵੀ 5800 ਕਰੋੜ ਦਾ ਬਣੂਗਾ। ਤੁਸੀਂ ਗੱਲ ਕਰ ਰਹੇ ਸੀ ਪੰਨੂ ਸਾਹਿਬ ਹੁਣੇ ਵੋਟਾਂ ਦੀ, ਵੀ ਚੋਣਾਂ ਆ ਗਈਆਂ, ਪਰ ਹੁਣ ਕਿਸਾਨ ਯੂਨੀਅਨ ਵੀ ਤਾਂ ਚੁਣਾਵ ਮੈਦਾਨ 'ਚ ਆ ਗਈ, 117 ਸੀਟਾਂ 'ਤੇ ਲੜਨ ਦੀ ਗੱਲ ਕੀਤੀ ਜਾ ਰਹੀ ਹੈ। ਹਾਂ, ਦੇਖੋ ਜੋ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ, ਜਿਨ੍ਹਾਂ ਜਿਹੜੇ ਕਿਸਾਨ ਅੰਦੋਲਨ ਦੇ ਸ਼ਾਮਿਲ ਸੀਗੀਆਂ, ਉਹਨਾਂ 'ਚੋਂ 22 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਵਾ, ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ, ਪਾਰਟੀ ਬਣਾ ਕੇ 117 ਸੀਟਾਂ 'ਤੇ ਚੋਣ ਲੜਨ ਦਾ ਕੱਲ੍ਹ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਆ। ਅਸੀਂ ਉਹ ਸਮਝਦੇ ਹਾਂ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਇਹ ਪੰਜਾਬ ਦੀ ਕਿਸਾਨ ਲਹਿਰ ਵਾਸਤੇ, ਦੇਸ਼ ਦੀ ਕਿਸਾਨ ਲਹਿਰ ਵਾਸਤੇ ਬਹੁਤ ਵੱਡਾ ਧੱਕਾ ਵਾ ਅਤੇ ਬਹੁਤ ਵੱਡੀ ਸੱਟ ਆ, ਸ਼ਾਇਦ ਇਹਦਾ ਕਦੀ ਵੀ ਜਿਹੜਾ ਵਾ ਇਹਦੀ ਜਿਹੜੀ ਪੂਰਤੀ ਨਹੀਂ ਕੀਤੀ ਜਾ ਸਕੇਗੀ। ਅਤੇ ਜੋ ਉਹ ਕਹਿ ਰਿਹਾ ਵੀ ਅਸੀਂ ਭਲਾ ਕਰਾਂਗੇ, ਪੰਜਾਬ ਦਾ ਭਲਾ ਕਰਾਂਗੇ, ਪੰਜਾਬ ਦਾ ਭਲਾ ਕਰਨ ਵਾਲਾ ਵਾ, ਲੋਕਾਂ ਦਾ ਭਲਾ ਹੋ ਜੂਗਾ ਇਹਦੇ ਨਾਲ, ਚੋਣਾਂ ਲੜਨ ਦੇ ਨਾਲ,
बिल्कुलों पंजाब का कोई भला नहीं होगा, किसी लोगों का किसानों का भला नहीं होगा, ये नाल कोई भी बदलने वाला नहीं गा, क्योंकि ये कारपोरेटी सिस्टम आ, ये देश का प्रबंध जिहड़ा बिल्कुलों डैमेज हो चुका वा, भ्रिष्ट हो चुका वा, ये कोई बंदा जाके सुधार नहीं कर सकता। असी जिहड़ा उन्होंने किसान लहर के विचों जिहड़ा जिहड़ा लोगों ने मान सम्मान दिता उन्होंने, उहदे च उन्होंने भुलेखा लगा भी सानू लोग सानू वोटां पाउणगे, उहदे च गए आ, हर एक दा जमहूरी हक आ, जा सकदे आ, उहदे सानू असी सानू उहनां दे तुसीं तुसीं नहीं फिर चुनाव तुहाडी यूनियन नहीं चुनाव लड़ूगी, तुसीं नहीं आ रहे मैदान दे विच। बिल्कुलों साडा पहलां ही असीं ते स्पष्ट कर चुके हैं, बड़े दिनों के स्पष्ट कर चुके हैं, बड़े दिनों के नहीं 20 साल तो पहला कर चुके हैं भी साडा कोई भी बंदा चोण नहीं लड़ूगा, कि सरपंची की चोण भी लड़ूगा कि पंची की चोण भी नहीं लड़ूगा, जिहड़ा कोई लड़ूगा वो मुढ़ली मैंबरशिप खत्म करती जाऊगी। पर तुसीं समर्थन करोगे फिर उन्हां दा? बिल्कुलों असीं समर्थन नहीं करांगे, असीं ना किसी चोणां दे विच हिस्सा लवांगे, ना किसी राजनीतिक पार्टी का समर्थन करांगे। लोगों का हक आ, लोग किनू चुणदे किनू नहीं चुणदे लोग अपना वेख लैण, चुनना कि नहीं चुनना। बाकी जिहड़ा इहदे नाल जिहड़ा बाई बाई किसान जथे बाई किसान जथेबंदियां ने जो ये अपनी विचार बनाई आ चोणा लड़न की बनाई आ, उन्होंने मुबारक होवे। बाकी जिहड़ा वा साडे वल्लों कोई महत नहीं दिती जाऊगी किसी किस्म की भी, असी जिहड़ा वा संयुक्त मोर्चा जिहड़ा बनिया सी देश दे विच 500-500 किसान जथेबंदियों का, उन्होंने अपील करांगे, उन्होंने को मंग करांगे कि वो जिहड़ी 22 किसान जथेबंदियों ने जो पंजाब फैसला लिया वा चोणां लड़न का, वो बारे अपनी स्थिति स्पष्ट कर। पर सर तुसीं गल कर रहे थे कि 5-5 मरले के प्लाट नहीं मंडे गए, नहीं दिते गए तुसीं कह रहे थे, पर पिछले दिन अपना चन्नी साहब ने सर्टिफिकेट भी दिते लोगों को। हाँ वो का दुखा वो इक्का दुक्का कोई कित होगा, पर जे जिन्हों के असं तो यह कहे भी जिन्हों मते पै चुके पंचायतों के जिन्हों इन्होंने संदा जीडिया वा वो देती गई वा, संदा भी लोगों के कोल आ, वो प्लाट नहीं मिले, फिरोजपुर तुम विखा दें, मोगे भी हो इस करके सब झूठ आ, क्योंकि सरकार देना कुछ नहीं चाहती, कुछ नहीं चाहती, सिर्फ वोटा करके लोगों को भरमाते वोटों के बाद लॉलीपॉप दिता जा रहा थोड़ा सामने हाँ। लेकिन लोगों को लालच दिता जा रहा, लालच दिता जा रहा भी वोट पा दो तो वोटों तो बाद सब मुकर जाते हैं, चाहे अकाली भाजपा की सरकार ही, चाहे चन्नी साहब आ, चाहे अमरिंदर सिंह आ, इन्हों का एक ही मकसद आ भी वोटा कितना किसानों दैनिया, चाहे कोई होर है दूजिया राजनीतिक पार्टियां, इन्हें कोई अंतर नहीं है। अच्छा एक गल पिछले दिन जोड़ा है मजदूरों वालों भी इतने अपना इकट्ठ किया गया, मोगे और नवजोत सिंह सिद्धू आए थे, उदों भी मजदूर जोड़े है काफ़ी जोड़े है लिबरल के बंदे थे नाराज से काफ़ी सारे। हाँ उन्होंने मंग आ भी जोड़ा ठेकेदारी सिस्टम आ, वो जड़िया एजेंसियां पंजाब दियाँ जड़ियाँ मार्कफेड आ, पनसप आ, या दूजिया वेयर हाउस आ, म अपने एगरी आ, एगरो आ, उन्होंने जोड़ा एफ सी आई आना ठेकेदारी सिस्टम बंद किया जाए, सानू सीधी जी पेमेंट सरकार करे, जोड़ा असं काम करते हैं वो सानू पैसे दते जा, जो ठेकेदारी सिस्टम राही ठेकेदारी आ, ठेकेदारी सिस्टम फिर लुटता वा, ठेकेदारी सिस्टम मतलब लुट, चाहे वह किसी महकमे हो, सारे पंजाब के जिने महकमे आ सब ही ठेकेदारी सिस्टम लागू करता जोड़ा निजीकरण की नीतियों द्वारा लिया गया, इस करके साड़ी किसानों के संघर्ष को पूरी पूरी मैत आ। नवजोत सिद्धू पता नहीं इन्हों की कह गया, वो जो मर्जी कह जाता कित कोई गल कोई तुक नहीं, कोई वो गुल ठोस नहीं है, वो इन्हों कह गया भी ठेकेदारी सिस्टम खत्म करा हूँ, वो ठेकेदारी होजूगा तो हिसाब से होजूगा जी? बिल्कुल नहीं होगा, बिल्कुल नहीं होगा, लड़ लड़ के होगा, लड़ना पेगा, जितना पहला लड़े हैं, जितना किसान लड़े आ, मजदूरों भी अपनी लड़ाई लड़नी पेगी, असं भी उन्होंने साथ देंगे। गल आई सी तुहाडे के भी मंग हैगी है कि नरमे की सूडी की जी गल और 17,000 रुपया पर एकड़ देने की गल की, वह कहते काफ़ी लोगों को चला गया और डीसी दफ्तर के जोड़े है वो भी ऑर्डर कर दिए गए हैं ए डी सी को जाओ किसान जान मजदूर जान तो अपना मुआवजा ले लें। हाँ देखो ये कोई सच्चाई नहीं है, काफ़ी चिर पहला कई महीने पहला ऐलान होया अपने चन्नी साहब ने होर्डिंग लवाते फ्लैक्सा लवाती शहर के, पर असी आने अज भी जे किसी किसान सूडी का गुलाबी सूडी ना नरमा तबाह हो एक रुपया भी जे कोई दिता सूँ वो दस देने भी कि चक मिले। हाँ डीसिया के ए डी सी के एस डी एम के दफ्तर वो फाइलों किसानों दोलदियाँ फिर होनगियाँ वो रोलदियाँ रहनिया, क्योंकि जी अफसरशाही है इन्नी निकम्मी तो सुस्त हो चुकी है वो काम ही नहीं करना चाहती जिते फैल पाई। पन्नू साहब हूँ मेरा एक आखिरी सवाल है भी जिमें कुछ ही दिन बाद हो सकता 2-4 दिन के चोन जाबता लग जाए फिर तो कुछ भी नहीं होना गा, कुछ मिलना नहीं फिर तुम्हें कोई नहीं, साढ़े को बड़ा राह वा जी, चोन जाबता भी लग जाए फिर असं अपने संघर्ष का रूप बदलेंगे, संघर्ष का रूप बदला बूथा तक जावे, इन डब्बे वोटा नहीं पैन देंगे अपने कांग्रेस के, ये अपना अपना बिला कर लैन
फिर इन्हां दी इन्हां दे पिंडां 'च कराओ भी करांगे, इन्हां दी अर्थियां भी फूकांगे, इन्हां दे खिलाफ़ मार्च भी करांगे ते बूथां तक भी जावांगे। असीं छड्डण वाले नहीं इन्हां नूं। ਪਰੂ ਸਾਹਿਬ ਦਾ ਕਹਿਣਾ ਹੈਗਾ ਕਿ ਜੇਕਰ ਚੋਣ ਜ਼ਾਬਤਾ ਵੀ ਲੱਗ ਜਾਂਦਾ ਹੈਗਾ ਔਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਫਿਰ ਜਿਹੜਾ ਹੈਗਾ ਬੂਥਾਂ ਤੱਕ ਜਾਵਾਂਗੇ। ਹੁਣ ਵੇਖਣਾ ਹੋਵੇਗਾ ਕਿ ਕੀ ਕਿਸਾਨ ਮਜ਼ਦੂਰਾਂ ਦੀ ਮੰਗ ਜਿਹੜੀ ਹੈਗੀ ਆ ਪੰਜਾਬ ਸਰਕਾਰ 2-4 ਦਿਨਾਂ 'ਚ ਪੂਰੀ ਕਰਦੀ ਆ, ਕਿਉਂਕਿ ਕੁਛ ਹੀ ਦਿਨਾਂ ਬਾਅਦ ਜਿਹੜਾ ਹੈਗਾ ਚੋਣ ਜ਼ਾਬਤਾ ਲੱਗ ਜਾਂਦਾ। ਪਰ ਜੇਕਰ ਇਹਨਾਂ ਦੀ ਮੰਗ ਨਾ ਮੰਨੀ ਗਈ ਤਾਂ ਇਹ ਜਿਹੜਾ ਹੈਗਾ ਲੋਕ ਬੂਥਾਂ ਦੇ ਉੱਪਰ ਵੀ ਜਾਣਗੇ ਔਰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਔਰ ਨਵੇਂ ਰੁੱਖ ਅਪਣਾਉਣਗੇ। ਵਿਪਨ ਓਕਾੜਾ, ਫੈਕਟ ਨਿਊਜ਼, ਮੋਗਾ।